ਭਾਰਤ ਦਾ ਸਭ ਤੋਂ ਵੱਡਾ ਮਿਸ਼ਨ ਚੰਦਰਯਾਨ 2 ਹੋਇਆ ਲਾਂਚ। ਦੁਪਹਿਰ 2:43 ਤੇ ਹੋਈ ਲਾਂਚਿੰਗ। ਭਾਰਤੀ ਪੁਲਾੜ ਏਜੰਸੀ ਇਸਰੋ ਨੇ ਸ੍ਰੀ ਹਰੀਕੋਟਾ ਤੋਂ ਕੀਤਾ ਲਾਂਚ। ਭਾਰਤ ਨੇ ਰਚ ਦਿੱਤਾ ਇਤਿਹਾਸ। ਬਰਗਾੜੀ ਬੇਅਦਬੀ ਮਾਮਲਿਆਂ ਦੇ ਵਿੱਚ CBI ਕਲੋਜ਼ਰ ਰਿਪੋਰਟ ਖਿਲਾਫ ਸਿੱਖ ਜਥੇਬੰਦੀਆਂ ਦਾ ਪ੍ਰਦਰਸ਼ਨ। ਪ੍ਰਦਰਸ਼ਨਕਾਰੀਆਂ ਸਿੱਖ ਜਥੇਬੰਦੀਆਂ ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਵਿਛਾੜਾਂ। ਪ੍ਰਦਰਸ਼ਨਕਾਰੀਆਂ ਤੇ ਛੱਡੇ ਗਏ ਥਰੂ ਗੈਸ ਦੇ ਗੋਲੇ। CBI ਦਫ਼ਤਰ ਦਾ ਘਿਰਾਓ ਕਰਨ ਜਾ ਰਹੀਆਂ ਸਨ ਸਿੱਖ ਜਥੇਬੰਦੀਆਂ। ਨਕੋਦਰ ਗੋਲੀਕਾਂਡ ਮਾਮਲੇ ਦੇ ਵਿੱਚ ਹਾਈਕੋਰਟ ਨੇ ਦਰਬਾਰਾ ਸਿੰਘ ਗੁਰੂ ਤੇ ਜ਼ਹਾਰ ਆਲਮ ਨੂੰ ਜਾਰੀ ਕੀਤਾ ਨੋਟਿਸ। ਅਪਰਾਧਿਕ ਪਟੀਸ਼ਨ ਤਹਿਤ ਦੋਹਾਂ ਨੂੰ ਜਾਰੀ ਹੋਇਆ ਸੀ ਨੋਟਿਸ। 4 ਫਰਵਰੀ 1986 ਨੂੰ ਵਾਪਰਿਆ ਸੀ ਨਕੋਦਰ ਗੋਲੀਕਾਂਡ। ਪੰਜਾਬ ਸਰਕਾਰ ਦੇ ਵੱਲੋਂ ਬਠਿੰਡਾ ਦੇ ਵਿੱਚ ਬੰਦ ਕੀਤੇ ਗਏ ਥਰਮਲ ਪਲਾਂਟ ਵਾਲੀ ਥਾਂ ਤੇ ਹੁਣ ਰਿਹਾਇਸ਼ੀ ਕਲੋਨੀ ਬਣਾਏ ਜਾਣ ਦੀ ਤਜਵੀਜ਼ ਕੀਤੀ ਜਾ ਸਕਦੀ ਪੇਸ਼। ਕਿਸਾਨਾਂ ਦੇ ਵੱਲੋਂ ਸਰਕਾਰ ਦੇ ਫੈਸਲੇ ਦਾ ਵਿਰੋਧ। ਕਿਸਾਨਾਂ ਨੇ ਆਖਿਆ ਥਰਮਲ ਵੇਲੇ ਕਵਾਇਦ ਕੀਤੀ ਗਈ, ਉਹਨਾਂ ਦੀ ਜ਼ਮੀਨ ਕੀਤੀ ਜਾਏ ਵਾਪਸ। ਘੱਗਰ ਦਰਿਆ ਤੇ ਬੰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ। ਹਰਿਆਣਾ ਸਰਕਾਰ ਤੇ ਘੱਗਰ ਦੇ ਇਲਾਕਿਆਂ ਦੀ ਸਾਂਭ ਸੰਭਾਲ ਨਾ ਕਰਨ ਦੇ ਇਲਜ਼ਾਮ। ਪੰਜਾਬ ਸਰਕਾਰ ਨੇ ਕੇਂਦਰੀ ਜਲ ਕਮਿਸ਼ਨ ਦੇ ਵਿੱਚ ਦਾਇਰ ਕੀਤੀ ਪਟੀਸ਼ਨ। ਫਤਿਹਗੜ੍ਹ ਸਾਹਿਬ ਦੇ ਵਿੱਚ ਖੱਡੇ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਬੱਚਿਆਂ ਦੀ ਮੌਤ। ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਕੀਤੀ ਮੰਗ।